ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਤੁਹਾਡਾ ਸਵਾਗਤ ਹੈ। ਪਹਿਰੇ ਦਰਸ਼ਕੋ, ਅੱਜ ਇਹ ਪ੍ਰੋਗਰਾਮ ਜਿਹੜਾ ਮੈਂ ਤੁਹਾਡੇ ਨਾਲ ਡੇਲੀ ਕਰਦਾ ਅਤੇ ਅੱਜ ਕਿਸੇ ਵਜ੍ਹਾ ਕਾਰਨ ਸਾਡੇ ਜਿਹੜੇ ਐਂਕਰ ਨੇ ਉਹ ਨਹੀਂ ਪਹੁੰਚ ਸਕੇ ਅਤੇ ਇਹ ਪ੍ਰੋਗਰਾਮ ਜਿਵੇਂ ਕਿ ਮੀਡੀਆ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਸ਼ੋਅ ਮਸਟ ਗੋ ਔਨ, ਅੱਜ ਮੈਂ ਗੱਲਬਾਤ ਤੁਹਾਡੇ ਨਾਲ ਸਿੱਧਾ ਕਰੂੰਗਾ, ਸਵਾਲ ਵੀ ਆਪ ਔਰ ਜਵਾਬ ਵੀ। ਸਵਾਲ ਤਾਂ ਜਿਹੜਾ ਸਾਰਿਆਂ ਨੂੰ ਪਤਾ ਹੈ, ਅੱਜ ਜਿਹੜਾ ਪੰਜਾਬ ਦੇ ਮੀਡੀਆ ਦੇ ਵਿੱਚ ਬਲਕਿ ਨੌਰਥ ਇੰਡੀਆ ਦੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ, ਤੁਸੀਂ ਜਾਣਦੇ ਹੋ ਕਿ ਕੱਲ੍ਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਔਰ ਇਹ ਪੁੱਛਗਿੱਛ ਜਿਹੜੀ ਕੱਲ੍ਹ ਹੋਈ ਹੈ ਇਹ ਆਪਣੇ ਆਪ 'ਚ ਬਹੁਤ ਹੀ ਇੰਪੋਰਟੈਂਟ ਇਸ ਕਰਕੇ ਹੈ ਕਿ ਬਾਦਲ ਸਾਹਿਬ ਤੋਂ 40 ਮਿੰਟ ਉਹਨਾਂ ਦੀ ਸਰਕਾਰੀ ਰਿਹਾਇਸ਼ 'ਤੇ ਜਿਹੜੀ ਪੁੱਛਗਿੱਛ ਹੋਈ, ਉਸ ਤੋਂ ਬਾਅਦ ਬਾਦਲ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਇਹ ਆਪਣੇ ਆਪ ਦੇ 'ਚ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਤੇਵਰ ਕਦੇ ਵੀ ਨਹੀਂ ਦੇਖੇ ਸੀ। 93 ਸਾਲਾ ਬਜ਼ੁਰਗ ਜਿਹੜਾ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ, ਉਸਦੇ ਤੇਵਰ ਕੱਲ੍ਹ ਦੇਖਣ ਵਾਲੇ ਸੀ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਦੋਂ ਕੰਵਰ ਵਿਜੇ ਪ੍ਰਤਾਪ ਸਿੰਘ ਉੱਥੇ ਉਹਨਾਂ ਨੂੰ ਪਹੁੰਚੇ ਉਹਨਾਂ ਦੀ ਸਰਕਾਰੀ ਰਿਹਾਇਸ਼ 'ਤੇ, ਅਤੇ ਬਾਦਲ ਸਾਹਿਬ ਲੈਣ ਗਏ ਖੁਦ, ਇਹੀ ਕਮਾਲ ਆ ਉਹਨਾਂ ਦੀ। ਅਤੇ ਜਦੋਂ ਉਹਨਾਂ ਨੂੰ ਅੰਦਰ ਬਿਠਾਇਆ ਅਤੇ ਕਹਿਣ ਲੱਗੇ, ਕਾਕਾ ਜੀ ਤੁਸੀਂ ਨਹੀਂ ਮੇਥੋਂ ਪੁੱਛਗਿੱਛ ਕਰ ਸਕਦੇ, ਬਾਕੀ ਮੈਂਬਰ ਤੁਹਾਡੇ ਕਿੱਥੇ ਨੇ? ਕਿਉਂਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਲਿਖ ਕੇ ਦਿੱਤਾ ਹੋਇਆ, ਮੁੱਖ ਮੰਤਰੀ ਨੂੰ ਵੀ, ਮੁੱਖ ਸਕੱਤਰ ਨੂੰ ਵੀ, ਕਿ ਇਹ ਵਾਇਸਡ ਹੈ, ਇਹ ਔਲਾਰ ਹੈ, ਅਸੀਂ ਇਹਨਾਂ ਦੀ ਜਿਹੜੀ ਹੈ ਇਹਨਾਂ ਨੂੰ ਸਹੀ ਨਹੀਂ ਮੰਨਦੇ, ਇਹਨਾਂ ਨੂੰ ਬਦਲਿਆ ਜਾਵੇ। ਇਹ ਵੀ ਚਰਚਾ ਰਹੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨਿਰਪੱਖ ਅਫਸਰ ਹੈ, ਸਖਤ ਅਫਸਰ ਹੈ, ਅਤੇ ਉਹਦਾ ਜਵਾਬ ਇਹ ਨਹੀਂ ਦੇਣਗੇ, ਅਤੇ ਹੋਈ ਗੱਲ ਉਹੀ। ਅਤੇ ਫਿਰ ਕੀ ਹੋਇਆ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੇ ਮੁਖੀ ਨੇ ਪ੍ਰਬੋਧ ਕੁਮਾਰ ਨਾਲ ਗੱਲ ਕਰਾਓ, ਅਤੇ ਪ੍ਰਬੋਧ ਕੁਮਾਰ ਨਾਲ ਟੈਲੀਫੋਨ 'ਤੇ ਗੱਲ ਕੀਤੀ ਗਈ ਔਰ ਪ੍ਰਬੋਧ ਕੁਮਾਰ ਜਿਹੜਾ ਹੈ ਉੱਥੇ 10 ਮਿੰਟ ਦੇ ਵਿੱਚ ਪਹੁੰਚੇ ਅਤੇ ਪੁੱਛਗਿੱਛ ਹੋਈ। ਪੁੱਛਗਿੱਛ ਕੀ ਹੋਇਆ, ਬਾਦਲ ਸਾਹਿਬ ਨੇ ਜੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਉਹ ਤਾਂ ਉਹਨਾਂ ਨੇ ਇਹ ਕਿਹਾ ਕਿ ਜ਼ਿਆਦਾ ਗੰਭੀਰਤਾ ਨਾਲ ਸਵਾਲ ਨਹੀਂ ਪੁੱਛੇ ਗਏ। ਉਹਨਾਂ ਨੇ ਪੁੱਛਿਆ ਗੋਲੀ ਕਿਸ ਦੇ ਹੁਕਮ ਨਾਲ ਚੱਲੀ, ਉਹ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀਆਂ 3 ਕੋਠੀਆਂ ਨੇ, 3 ਘਰਾਂ ਦੇ ਵਿੱਚ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਅਤੇ ਮੈਂ ਜਿੰਨੀ ਸਤਿਕਾਰ ਕਰਦਾ ਮੈਂ ਕਿਵੇਂ ਬੇਅਦਬੀ ਕਰ ਸਕਦਾ, ਮੈਂ ਗੋਲੀ ਚਲਾਉਣ ਦਾ ਹੁਕਮ ਕਿਵੇਂ ਦੇ ਸਕਦਾ, ਇਹ ਕਹਿੰਦੇ ਮੈਂ ਉਹਨਾਂ ਨੂੰ ਜਵਾਬ ਦਿੱਤਾ। ਫਿਰ ਪੁੱਛਿਆ ਗਿਆ ਕਿ ਰਾਤ ਨੂੰ ਤੁਸੀਂ DGP ਨਾਲ ਕੀ ਗੱਲਬਾਤ ਕੀਤੀ, ਉਹ ਕਹਿੰਦੇ ਮੈਂ ਮੁੱਖ ਮੰਤਰੀ ਹਾਂ ਔਰ ਮੈਨੂੰ ਫਿਕਰ ਸੀ ਜੋ ਪੰਜਾਬ 'ਚ ਹੋ ਰਿਹਾ, ਔਰ ਇੱਕ ਮੁੱਖ ਮੰਤਰੀ ਨੂੰ ਰਾਤ ਨੂੰ ਇਹ ਜਿਹੜਾ ਹੈ ਗੱਲ ਕਰਦਾ ਉਹਦੀ ਜ਼ਿੰਮੇਵਾਰੀ ਵੀ ਹੈ, ਉਹਦਾ ਹੱਕ ਵੀ ਹੈ। ਸੋ ਇਸ ਕਿਸਮ ਦੇ ਜਿਹੜੇ ਸਵਾਲ ਜਵਾਬ ਦੇ ਉਹਨਾਂ ਨੇ ਜੋ ਜਿਹੜੀ ਅਹਿਮ ਜੇ 'ਤੇ ਟਿੱਪਣੀ ਕਰਨੀ ਹੋਵੇ ਗੱਲ ਕੀਤੀ ਕਿ ਇਹ ਸਾਰਾ ਕੁਛ ਮੈਂ ਉਹਨਾਂ ਨੂੰ ਕਿਹਾ ਔਰ ਉਹਨਾਂ ਨੇ ਸੱਚਮੁੱਚੀ ਇਨਵੈਸਟੀਗੇਸ਼ਨ ਟੀਮ ਨੂੰ ਕਿਹਾ ਕਿ ਤੁਸੀਂ ਘਬਰਾਓ ਨਾ, ਤੁਸੀਂ ਟੈਨਸ਼ਨ 'ਚ ਨਾ ਰਹੋ, ਤੁਸੀਂ ਤਣਾਓ ਗ੍ਰਸਤ ਨਾ ਹੋਵੋ, ਮੈਨੂੰ ਪਤਾ ਕਿ ਤੁਹਾਡੀਆਂ ਲਿਮਿਟੇਸ਼ਨ ਨੇ, ਤੁਹਾਡੀਆਂ ਸੀਮਾਵਾਂ ਨੇ, ਤੁਸੀਂ ਇਹ ਰਿਪੋਰਟ ਨਹੀਂ ਲਿਖਣੀ, ਰਿਪੋਰਟ ਲਿਖਣੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਤੁਸੀਂ ਤਾਂ ਸਿਰਫ ਫਾਰਮੈਲਿਟੀ ਕਰ ਰਹੇ ਹੋ। ਇਸ ਕਿਸਮ ਦੇ ਤੇਵਰ ਪ੍ਰਕਾਸ਼ ਸਿੰਘ ਬਾਦਲ ਦੇ ਪਹਿਲਾਂ ਕਾਫੀ ਚਿਰ ਪਹਿਲਾਂ ਤੋਂ ਨਹੀਂ ਦੇਖਣ ਨੂੰ ਮਿਲ ਰਹੇ ਸੀ, ਜਿਵੇਂ ਕੱਲ੍ਹ ਉਹ ਇਨਵੈਸਟੀਗੇਸ਼ਨ ਟੀਮ ਤੋਂ ਉਹਨਾਂ ਦੇ ਅੰਦਰ ਗੁੱਸਾ ਭਰਿਆ ਹੋਇਆ ਸੀ ਅਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਿਅੰਗਾਤਮਕ ਭਾਸ਼ਾ ਨਾਲ, ਭਾਵੇਂ ਕਿ ਪ੍ਰਕਾਸ਼ ਸਿੰਘ ਬਾਦਲ ਦਾ ਹੁਣ ਇੰਨਾ ਤਜਰਬਾ ਹੋ ਚੁੱਕਿਆ ਕਿ ਉਹਨਾਂ ਦੀ ਆਵਾਜ਼ ਤੋਂ ਇਹ ਗੁੱਸਾ ਨਹੀਂ ਝਲਕਦਾ ਸੀ, ਲੇਕਿਨ ਉਹ ਵਿਅੰਗ ਜਿਸ ਤਰ੍ਹਾਂ ਮਾਰ ਰਹੇ ਸੀ। ਦੂਜੀ ਗੱਲ ਜਿਹੜੀ ਪ੍ਰੈਸ ਕਾਨਫਰੰਸ 'ਚ ਵੀ ਉਹਨਾਂ ਨੇ ਦੱਸੀ ਕਿ ਸਾਰਾ ਕੁਛ ਇਹ ਸਿਆਸਤ ਤੋਂ ਪ੍ਰੇਰਿਤ ਹੈ, ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਪੁੱਛਗਿੱਛ ਲਈ ਬੁਲਾਇਆ ਗਿਆ ਹੋਵੇ। ਅਗਲੀ ਗੱਲ ਵੀ ਉਹਨਾਂ ਨੇ ਜਿਹੜੀ ਕਹੀ ਕਿ ਇਹ ਸਿਰਫ ਮੇਰੀ ਗਵਾਹੀ ਨਹੀਂ, 307 ਦੇ ਵਿੱਚ ਮੇਰੀ ਗਵਾਹੀ ਨਹੀਂ ਲੈ ਰਹੇ, ਇਹ ਮੈਨੂੰ ਦੋਸ਼ੀ ਸਿੱਧ ਕਰਦੇ, ਮੈਨੂੰ ਇਹਨਾਂ ਨੇ ਆਖਿਰ ਇਹਨਾਂ ਨੇ ਕਰਨਾ ਕੀ ਹੈ ਕਿ ਮੈਨੂੰ ਇਹਨਾਂ ਨੇ ਦੋਸ਼ੀ ਸਿੱਧ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਕੱਲ੍ਹ ਦੀ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਕੀਤੀ ਗਈ। ਇਹਦੇ ਨਾਲ ਕੀ ਹੁੰਦਾ ਕਿ ਜੇ ਆਪਾਂ ਇਸ ਸਾਰੇ ਹਾਲਾਤ ਦੇ ਵਿੱਚ ਨਜ਼ਰ ਮਾਰੀਏ ਤਾਂ ਲੱਗ ਇਹ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਣੇ ਇਨਵੈਸਟੀਗੇਸ਼ਨ ਹੋਣੀ ਹੈ ਸੁਖਬੀਰ ਸਿੰਘ ਬਾਦਲ ਦੀ ਅੰਮ੍ਰਿਤਸਰ ਦੇ ਵਿੱਚ, ਉਦੋਂ ਬਾਅਦ ਅਕਸ਼ੈ ਕੁਮਾਰ ਦੀ ਇਨਵੈਸਟੀਗੇਸ਼ਨ ਹੋਣੀ ਹੈ ਅਤੇ ਟੀਮ ਪੂਰੀ ਤਿਆਰੀ ਦੇ ਵਿੱਚ ਜਾਏਗੀ, ਇਹ ਤਾਂ ਲੱਗ ਰਿਹਾ। ਲੇਕਿਨ ਇੱਕ ਗੱਲ ਬੜੀ ਸਪੱਸ਼ਟ ਹੈ, ਜਿਹੜੇ ਲੋਕ ਕਹਿੰਦੇ ਨੇ, ਜਿਹੜੇ ਕੈਪਟਨ ਜਿਹੜੇ ਇਹਨਾਂ ਨੇ ਇਲਜ਼ਾਮ ਲਾਇਆ
ਬਾਦਲ ਸਾਹਿਬ ਨੇ। ਮੈਂ ਪਿਆਰੇ ਦਰਸ਼ਕੋ ਤੁਹਾਨੂੰ ਦੱਸਦਾ ਕਿ ਬਾਦਲ ਸਾਹਿਬ ਦਾ ਇਲਜ਼ਾਮ ਦੇ ਵਿੱਚ ਇਸ ਕਰਕੇ ਦਮ ਘੱਟ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਬੈਠਦੀ ਹੈ, ਇੱਕ ਕੁਐਸ਼ਨੀਅਰ ਤਿਆਰ ਕਰਦੀ ਹੈ ਔਰ ਕੁਐਸ਼ਨੀਅਰ ਤਿਆਰ ਕਰਕੇ ਉਹ ਸਿੱਧੇ ਸਵਾਲ ਉਹ ਕਰਦੀ ਹੈ ਕਿ ਇਸ ਬੰਦੇ ਤੋਂ ਇਸ ਕਿਸਮ ਦੇ ਸਵਾਲ ਕੀਤੇ ਜਾ ਸਕਦੇ ਨੇ, ਉਹਨਾਂ ਦੇ ਜਵਾਬਾਂ ਦੇ ਆਧਾਰ 'ਤੇ ਫਿਰ ਜਿਹੜਾ ਹੈ ਫੈਸਲੇ ਕੀਤੇ ਜਾਂਦੇ ਨੇ। ਸੋ ਇਹ ਕਹਿਣਾ ਕਿ ਉਹਨਾਂ ਨੇ ਗੰਭੀਰ ਨਹੀਂ ਸੀ, ਉਹਨਾਂ ਦੀ ਤਿਆਰੀ ਨਹੀਂ ਸੀ, 40 ਮਿੰਟ 'ਚ ਕਿੰਨੇ ਕੁ ਸਵਾਲ ਕੀਤੇ ਜਾ ਸਕਦੇ ਨੇ, ਇਹ ਸਭ ਵਾਧੂ ਗੱਲਾਂ ਨੇ। ਤਿਆਰੀ ਸੀ ਅਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਸਵਾਲ ਉਹਨਾਂ ਤੋਂ ਮੁੱਖ ਮੰਤਰੀ ਤੋਂ ਕਰਨੇ ਚਾਹੀਦੇ ਸੀ, ਸਵਾਲ ਕੀਤੇ। ਹੁਣ ਨਤੀਜਾ ਕੀ ਹੋਣਾ? ਇਹ ਗੱਲ, ਇਹ ਤਾਂ ਇਲਜ਼ਾਮ ਲਾਇਆ ਗਿਆ, ਧਿਆਨ ਹਟਾਇਆ ਗਿਆ ਕਿ ਹੋਣਾ ਇਹ ਹੈ ਕਿ ਜੋ ਕੈਪਟਨ ਅਮਰਿੰਦਰ ਸਿੰਘ ਰਿਪੋਰਟ ਲਿਖਾਉਣਗੇ ਉਹ ਲਿਖੀ ਜਾਏਗੀ, ਹਾਲਾਂਕਿ ਗੱਲ ਇਹ ਹੈ ਕਿ ਇਨਵੈਸਟੀਗੇਸ਼ਨ ਦੀ ਟੀਮ ਦੀ ਰਿਪੋਰਟ ਜਿਹੜੀ ਆ ਉਹ ਸਿੱਧੀ ਜਾਏਗੀ ਜਿਹੜੀ ਹੈ ਅਦਾਲਤ ਦੇ ਵਿੱਚ। ਇੱਥੇ ਇੱਕ ਗੱਲ ਅਕਸਰ ਇਹ ਕੀਤੀ ਜਾਂਦੀ ਹੈ ਅਤੇ ਅਸੀਂ ਵੀ ਕੱਲ੍ਹ 2 ਪੁਲਿਸ ਅਫਸਰਾਂ ਨੂੰ ਬੁਲਾ ਕੇ ਇਹ ਗੱਲ ਕੀਤੀ ਸੀ ਕਿ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ, ਔਰ ਕਿਤੇ ਨਾ ਕਿਤੇ ਮੈਨੂੰ ਇਹ ਗੱਲ ਦਾ ਵੀ ਪਤਾ ਲੱਗਿਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦਾ ਕਿ ਜਿਹੜਾ ਕਮਰ ਵਿਜੇ ਪ੍ਰਤਾਪ ਸਿੰਘ ਹੈ ਉਸ ਦਾ ਉਹਦੀ ਨਿੱਜੀ ਜਿਹੜੀ ਹੈ ਦੋਸਤੀ ਹੈ ਨਵਜੋਤ ਸਿੰਘ ਸਿੱਧੂ ਨਾਲ, ਅਤੇ ਨਵਜੋਤ ਸਿੰਘ ਸਿੱਧੂ ਨਾਲ ਬਿਕਰਮ ਮਜੀਠੀਆ ਅਤੇ ਇਹਨਾਂ ਦੀ ਨਿੱਜੀ ਲੜਾਈ ਹੈ, ਅਤੇ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਡਰ ਹੈ ਬਾਦਲ ਪਰਿਵਾਰ ਦੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਜਿਹੜੇ ਸਕੋਰ ਸੈਟਲ ਕਰਨ ਦੇ ਲਈ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਵਰਤ ਲਵੇ। ਇਸ ਕਿਸਮ ਦੀ ਸਿਆਸਤ ਦੇ ਵਿੱਚ ਕੱਲ੍ਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਹੜਾ ਕੱਲ੍ਹ ਜਿਹੜੀ ਪੁੱਛਗਿੱਛ ਕੀਤੀ ਉਹ ਅੱਜ ਚਰਚਾ ਦਾ ਵਿਸ਼ਾ ਹੈ। ਪਿਆਰੇ ਦਰਸ਼ਕੋ, 84 ਦੇ ਵਿੱਚ ਜੋ ਕੁਛ ਹੋਇਆ ਉਹਨੂੰ ਵਾਰ ਵਾਰ ਦੁਹਰਾਉਣ ਦੀ ਇਸ ਕਰਕੇ ਲੋੜ ਨਹੀਂ ਕਿ ਉਹਨੂੰ ਕੋਈ ਵੀ ਸਿੱਖ ਹਾਲੇ ਤੱਕ ਭੁੱਲਿਆ ਹੀ ਨਹੀਂ, ਇਹ ਗੱਲ ਤੁਹਾਨੂੰ ਪਤਾ, ਅਤੇ ਇਹ ਵੀ ਪਤਾ ਕਿ ਜੋ ਕੁਛ ਹੋਇਆ ਉਹਦੇ ਲਈ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਲੇਕਿਨ ਕੱਲ੍ਹ ਦੀ ਖਬਰ 'ਤੇ ਸਾਨੂੰ ਅੱਜ ਚਰਚਾ ਇਸ ਕਰਕੇ ਕਰਨੀ ਬਣਦੀ ਹੈ ਕਿ ਉਹ ਗਵਾਹ ਜਿਸ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ, ਹਰ ਹੀਲਾ ਵਰਤਿਆ ਗਿਆ ਉਸ ਤੋਂ ਗਵਾਹੀ ਤੋਂ ਰੋਕਣ ਲਈ, ਚਾਮ ਕੌਰ ਜਿਸ ਦੇ ਪਰਿਵਾਰਕ ਮੈਂਬਰ ਉਹ ਉਸ ਵੇਲੇ, ਮੈਂ ਤਾਂ ਹੁਣ ਕਹਾਂਗਾ ਸ਼ਹੀਦ ਹੀ ਹੋਏ, ਉਹਨਾਂ ਦਾ ਕਸੂਰ ਕੋਈ ਨਹੀਂ ਸੀ, ਉਹ ਮਾਰੇ ਗਏ ਸੀ। ਅਤੇ ਉਹਨਾਂ ਨੇ ਕੱਲ੍ਹ ਚਾਮ ਕੌਰ ਨੇ ਸੱਜਣ ਕੁਮਾਰ ਨੂੰ ਪਛਾਣ ਲਿਆ ਔਰ ਕਿਹਾ ਕਿ ਇਹੀ ਬੰਦਾ ਸੀ ਜਿਹੜਾ ਭੀੜ ਦੀ ਅਗਵਾਈ ਵੀ ਕਰ ਰਿਹਾ ਸੀ ਔਰ ਇਹਨੇ ਜਿਹੜਾ ਹੈ ਅਗਵਾਈ ਕਰਦੇ ਨੇ ਇਹ ਵੀ ਉਕਸਾਇਆ ਸੀ ਕਿ ਸਿੱਖਾਂ ਨੂੰ ਕਰੋ ਖਤਮ, ਇਹਨਾਂ ਨੇ ਸਾਡੀ ਮਾਂ ਨੂੰ ਮਾਰਿਆ। ਮੈਂ ਬੱਕਰੀ ਆਪਦੀ ਬੰਨਣ ਗਈ ਸੀ ਜਦੋਂ ਮੈਂ ਇਹਨੂੰ ਦੇਖਿਆ, ਔਰ ਇਹ ਇੱਕ ਬਹੁਤ ਵੱਡਾ ਕੰਮ ਚਾਮ ਕੌਰ ਦਾ ਇਸ ਕਰਕੇ ਬਣਦਾ ਕਿ ਉੱਥੇ ਪ੍ਰੈਸ਼ਰ ਉਸ ਗਵਾਹ 'ਤੇ ਬਹੁਤ ਜ਼ਿਆਦਾ ਸੀ। ਕੱਲ੍ਹ ਇਹ ਹੋਇਆ ਔਰ ਇਸ ਦੇ ਨਾਲ ਹੀ ਹੁਣ ਜਿਹੜੀ ਜਿਰਾ ਹੋਣੀ ਹੈ, ਜਿਹੜੇ ਸਵਾਲ ਜਵਾਬ ਹੋਣੇ ਨੇ ਉਹ 20 ਤਰੀਕ ਨੂੰ ਹੋਣੇ ਨੇ। ਅਤੇ ਨਾਲ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਦਿੱਲੀ ਦੀ ਸਿਆਸਤ ਦੇ ਵਿੱਚ ਸਿੱਖਾਂ ਦੇ ਵਿੱਚ ਹਮੇਸ਼ਾ ਧੜੇ ਤਾਂ ਕਈ ਹੁੰਦੇ ਨੇ ਔਰ ਹਮੇਸ਼ਾ ਹੁੰਦੇ ਨੇ, ਨੈਚੁਰਲ ਹੈ, ਲੇਕਿਨ ਇਸ ਦੇ ਮਾਮਲੇ ਦੇ ਵਿੱਚ ਵੀ ਉੱਥੇ ਲੜਾਈ ਝਗੜਾ ਕਾਫੀ ਵਧਿਆ ਹੋਇਆ। ਔਰ ਕੱਲ੍ਹ ਮਨਜਿੰਦਰ ਸਿੰਘ ਸਿਰਸਾ ਨੇ ਜਦੋਂ ਜਸਪਾਲ ਸਿੰਘ 'ਤੇ ਥੱਪੜ ਮਾਰਿਆ, ਉਹ ਸਾਰੇ ਵੀਡੀਓ ਵਾਇਰਲ ਹੈ ਕਿ ਉਸ ਨੂੰ ਪੁਲਿਸ ਵਾਲੇ ਪਰੇ ਕਰ ਰਹੇ ਨੇ, ਕਿਹਾ ਇਹ ਗਿਆ ਕਿ ਤਾਂ ਇਹ ਐਕਟ ਕੀਤਾ। ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਉਹ ਬੰਦੇ ਨੇ ਇਹ ਕਿਹਾ ਸੀ ਕਿ ਤੁਹਾਨੂੰ ਭੁੱਲ ਗਏ ਨੇ 84 ਦੇ ਦਿਨ, ਅਤੇ ਇਹ ਜੋ ਤੰਜ ਜਾਂ ਇਹ ਵਿਅੰਗ ਜਦੋਂ ਉੱਧਰੋਂ ਆਉਂਦਾ ਹੈ ਅਤੇ ਇਹ ਥੱਪੜ ਮਾਰਿਆ, ਲੇਕਿਨ ਇਹ ਥੱਪੜ ਦੀ ਨਿਖੇਧੀ ਹੋਰ ਤਾਂ ਕਰਨ, ਲੇਕਿਨ ਜਿਹੜੀ ਨਿਖੇਧੀ ਫੂਲਕਾ ਸਾਹਿਬ ਵੱਲੋਂ ਕੀਤੀ ਗਈ ਉਹ 'ਤੇ ਚਰਚਾ ਜ਼ਿਆਦਾ ਹੋਈ। ਉਹ ਫੂਲਕਾ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਅਤੇ ਹੁਣ ਸਿਰਸਾ ਖੁੱਲ੍ਹ ਕੇ ਫੂਲਕਾ ਦੇ ਖਿਲਾਫ ਆ ਗਿਆ ਕਿ ਫੂਲਕਾ ਨੇ ਕਦੇ ਵੀ ਜਿਹੜਾ ਹੈ 84 ਦੇ ਕਤਲੇਆਮ ਦੇ ਬਾਰੇ ਦੇ ਵਿੱਚ ਗੰਭੀਰ ਹੋ ਕੇ ਕੇਸ ਨਹੀਂ ਲੜੇ, ਉਹ ਆਪਣੇ ਪੈਸੇ ਅਤੇ ਆਪਣੀ ਪਬਲਿਸਿਟੀ ਅਤੇ ਆਪਣੀ ਸਿਆਸਤ ਚਮਕਾਉਣ ਦੀ ਗੱਲ ਕਰਦਾ। ਔਰ ਫੂਲਕਾ ਦਾ ਇਹ ਕਹਿਣਾ ਕਿ ਮੈਂ ਤਾਂ ਸਿਆਸਤ 14 'ਚ ਆਇਆ, ਉਸ ਤੋਂ ਪਹਿਲਾਂ ਮੈਂ ਲਗਾਤਾਰ ਕੇਸ ਲੜ ਰਿਹਾ ਸੀ, ਅਤੇ ਕੱਲ੍ਹ ਜਦੋਂ ਇਸਨੇ ਕ੍ਰਿਟੀਸਾਈਜ਼ ਕੀਤਾ ਉਸਨੇ ਕਿਹਾ ਕਿ ਫੂਲਕਾ ਤਾਂ ਵੈਸੇ ਹੀ ਮੀਡੀਆ ਦੇ ਸਾਹਮਣੇ ਆਉਣ ਨੂੰ ਅੱਗੇ ਆਉਣ ਲਈ ਆ ਜਾਂਦਾ, ਇਸ ਕੇਸ ਦੇ ਵਿੱਚ ਤਾਂ ਫੂਲਕਾ ਗਵਾਹੀ ਨਹੀਂ ਸੀ, ਵਕੀਲ ਹੀ ਨਹੀਂ ਸੀ, ਵਕੀਲ ਸਾਡਾ ਗੁਰਬਖਸ਼ ਸਿੰਘ ਸੀ। ਸੋ ਇਹ ਜਿਹੜੀ ਸਿੱਖਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਜਿਹੜੀ ਸਰਸਾ ਦੇ ਵਿੱਚ ਇਹ ਚੋਕ ਡੋਕ ਚੱਲ ਰਹੀ ਹੈ, ਜੋ ਇੱਕ ਦੂਜੇ 'ਤੇ ਜਿਹੜੇ ਇਲਜ਼ਾਮਬਾਜ਼ੀ ਹੋ ਰਹੀ ਹੈ, ਇਸ ਵੇਲੇ ਮੈਂ ਸਮਝਦਾ ਇਹ ਕੋਈ ਜ਼ਿਆਦਾ ਚੰਗੀ ਗੱਲ ਨਹੀਂ, ਜਦੋਂ ਕਿ ਬੜੀ ਮੁਸ਼ਕਲ ਨਾਲ, ਮੈਂ ਤਾਂ ਇਹਨੂੰ ਸੰਕੇਤਕ ਤੌਰ 'ਤੇ ਮੰਨਦਾ ਕਿ ਸੰਕੇਤਕ ਤੌਰ 'ਤੇ ਹੀ ਜਿਹੜਾ ਹੈ ਦੋ ਬੰਦਿਆਂ ਨੂੰ ਸਜ਼ਾ ਮਿਲਣੀ ਹੈ, ਅਤੇ ਹੁਣ ਸੱਜਣ ਕੁਮਾਰ
ਜਿਹੜਾ ਹੈ 34 ਸਾਲ ਬਾਅਦ 3000 ਜਿਹੜਾ ਤੱਤ ਸਰਕਾਰੀ ਹੈ ਅਤੇ ਜਿਹੜੇ ਅਦਰਵਾਈਜ਼ ਸਿੱਖ ਮਾਰੇ ਗਏ ਨੇ ਉਹ ਤਾਂ ਕਿਤੇ ਜ਼ਿਆਦਾ ਗਿਣਤੀ ਸੀ, ਉਹਨਾਂ ਨੂੰ ਜੇ ਮਾੜੀ ਮੋਟੀ ਇਨਸਾਫ਼ ਦੀ ਕਿਰਨ ਆਸ ਦੀ ਜਾਗ ਰਹੀ ਹੈ ਉਹਦੇ 'ਚ ਸਿੱਖਾਂ ਨੂੰ ਆਪਸ 'ਚ ਨਹੀਂ ਲੜਨਾ ਚਾਹੀਦਾ, ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ। ਇੱਕ ਬਹੁਤ ਹੋਰ ਵੱਡੀ ਖਬਰ ਮੈਂ ਵੱਡੀ ਇਸ ਕਰਕੇ ਕਹਿਣਾ ਕਿ ਆਮ ਸਮਾਜ ਦਾ ਬੰਦਾ ਇਹਦੇ ਨਾਲ ਪ੍ਰਭਾਵਿਤ ਹੁੰਦਾ, ਉਹ ਖਬਰ ਹੈ ਕਿ ਪੰਜਾਬ ਦੇ ਵਿੱਚ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਮਿਊਜ਼ਿਕ ਇੰਡਸਟਰੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਔਰ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੁਛ ਕੰਪਨੀਆਂ ਨੇ ਆਪਣਾ ਵੱਡਾ ਨਾਂ ਬਣਾਇਆ, ਉਹਨਾਂ 'ਚੋਂ ਟੀ ਸੀਰੀਜ਼ ਇੱਕ ਹੈ। ਟੀ ਸੀਰੀਜ਼ ਕੰਪਨੀ ਦੇ ਬਹੁਤ ਸਾਰੇ ਗਾਣੇ ਜਿਹੜੇ ਨੇ ਉਹ ਪਾਪੂਲਰ ਹੁੰਦੇ ਨੇ, ਬੜੇ ਵੱਡੇ ਸਿੰਗਰ ਟੀ ਸੀਰੀਜ਼ ਨਾਲ ਜੁੜੇ ਹੋਏ ਨੇ ਅਤੇ ਜਿਹੜੇ ਸਿੰਗਰ ਜੁੜੇ ਨੇ ਇਹ ਜਿਹੜੇ ਗਾਣੇ ਗਾਉਂਦੇ ਨੇ ਜਿਹੜੇ ਪਾਪੂਲਰ ਗਾਣੇ ਨੇ ਜਿਹੜੇ ਲੋਕਾਂ ਦੀ ਜ਼ਬਾਨ 'ਤੇ ਚੜ ਗਏ ਉਹ ਗਾਣੇ ਉਹ ਫੋਟੋਗ੍ਰਾਫਰ ਜਦੋਂ ਵੀਡੀਓ ਬਣਾਉਂਦੇ ਨੇ, ਫੋਟੋਆਂ ਬਣਾਉਂਦੇ ਨੇ, ਐਲਬਮ ਬਣਾਉਂਦੇ ਨੇ ਕਿਸੇ ਵਿਆਹ ਦੀ, ਉਹਦੇ ਵਿੱਚ ਉਹ ਯੂਜ਼ ਕਰਦੇ ਨੇ ਬੈਕਗਰਾਊਂਡ ਸਿੰਗਰ ਦੇ ਤੌਰ 'ਤੇ, ਮਿਊਜ਼ਿਕ ਦੇ ਤੌਰ 'ਤੇ। ਅਤੇ ਬਹੁਤ ਸਾਰੇ ਫਿਰ ਜਦੋਂ ਵੀਡੀਓ ਬਣ ਜਾਂਦੀ ਹੈ, ਜਦੋਂ ਇਸ ਤਰ੍ਹਾਂ ਦੇ ਗਾਣੇ ਜਿਹੜੇ ਉਹ ਪ੍ਰਾਈਵੇਟ ਫੋਟੋਗ੍ਰਾਫਰ ਯੂਜ਼ ਕਰਦੇ ਨੇ, ਬਹੁਤ ਵਾਰ ਉਹਨਾਂ ਨੂੰ ਫਿਰ ਜਿਹੜਾ ਹੈ ਉਹ ਯੂਟਿਊਬ 'ਤੇ ਵੀ ਪਾ ਦਿੱਤਾ ਜਾਂਦਾ। ਇਹਦੇ ਨਾਲ ਉਹ ਕਮਰਸ਼ੀਅਲ ਵੈਲਿਊ ਵੀ ਉਹਨਾਂ ਦੀ ਬਣ ਜਾਂਦੀ ਹੈ। ਅਤੇ ਹੁਣ ਟੀ ਸੀਰੀਜ਼ ਨੇ ਕੇਸ ਕੀਤਾ 100 ਫੋਟੋਗ੍ਰਾਫਰ 'ਤੇ, ਉਹਨਾਂ ਨੂੰ ਕਿਹਾ ਕਿ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਪੰਜਾਬ, ਹਰਿਆਣਾ, ਹਿਮਾਚਲ, ਝਾਰਖੰਡ, ਇਹਨਾਂ ਸਟੇਟ ਦੇ ਵਿੱਚ 100 ਫੋਟੋਗ੍ਰਾਫਰਾਂ 'ਤੇ ਇਹ ਕੇਸ ਕੀਤਾ ਗਿਆ। ਰੋਹਤਕ ਦੇ ਵਿੱਚ ਇੱਕ ਕੇਸ ਹੁਣ ਹੋਇਆ ਜਿਹਦੇ ਹਵਾਲੇ ਨਾਲ ਮੈਂ ਤੁਹਾਡੇ ਚਰਚਾ ਕਰ ਰਿਹਾ, ਉਹਦੇ 'ਚ ਇਹ ਕਿਹਾ ਗਿਆ ਕਿ ਜੇ ਕਿਸੇ ਨੇ ਸਾਡਾ ਮਿਊਜ਼ਿਕ ਜਿਹੜਾ ਟੀ ਸੀਰੀਜ਼ ਦਾ ਯੂਜ਼ ਕਰਨਾ, ਉਹਦੀ ਵਰਤੋਂ ਕਰਨੀ ਹੈ ਤਾਂ ਉਹ 15,000 ਰੁਪਏ ਪਰ ਕੰਪਿਊਟਰ ਨੂੰ ਦੇਣਾ ਪਏਗਾ ਜਿਹਦੇ ਉੱਤੇ ਗਾਣਾ ਚੱਲਦਾ, ਅਦਰਵਾਈਜ਼ ਲਾਇਸੈਂਸ ਤੋਂ ਬਿਨਾਂ ਜੇ ਉਹ ਚਲਾਉਂਦਾ ਇਸ ਨੂੰ ਤਾਂ ਉਹ ਕਾਪੀਰਾਈਟ ਐਕਟ ਦੀ ਉਲੰਘਣਾ, ਅਤੇ ਕਾਪੀਰਾਈਟ ਐਕਟ ਜਿਹੜਾ ਹੈ ਉਹਦੇ ਮੁਤਾਬਕ ਇਹ ਉਲੰਘਣਾ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਇਹ ਗੱਲ ਟੀ ਸੀਰੀਜ਼ ਨੇ ਕੀਤੀ ਹੈ, ਇਹਦੇ ਨਾਲ ਤਾਂ ਬਹੁਤ ਗੜਬੜ ਹੋ ਜਾਏਗੀ ਕਿਉਂਕਿ ਹਜ਼ਾਰਾਂ ਵਿਆਹ ਹੁੰਦੇ ਨੇ, ਹਜ਼ਾਰਾਂ ਵਿਆਹਾਂ ਦੇ ਵਿੱਚ ਲੋਕ ਜਿਹੜਾ ਹੈ ਮਿਊਜ਼ਿਕ ਵਰਤਦੇ ਨੇ, ਉਹ ਮਿਊਜ਼ਿਕ ਨੂੰ ਜੇ ਫੋਟੋਗ੍ਰਾਫਰ ਵਰਤਣਗੇ ਉਹਦਾ ਪੈਸਾ ਦੇਣਾ ਪਏਗਾ, ਫੋਟੋਗ੍ਰਾਫੀ ਮਹਿੰਗੀ ਹੋ ਜਾਏਗੀ ਅਤੇ ਇਹਦਾ ਕੋਈ ਜਿਹੜਾ ਹੈ ਇਲਾਜ ਲੱਭਣਾ ਪਏਗਾ। ਕਾਪੀਰਾਈਟ ਐਕਟ ਵੈਸੇ ਗੱਲ ਸਹੀ ਹੈ ਕਿ ਬਹੁਤ ਚੋਰੀ ਹੁੰਦੀ ਹੈ, ਪਲੈਜਰਿਜ਼ਮ ਬਹੁਤ ਵੱਡੇ ਪੱਧਰ 'ਤੇ ਹੁੰਦਾ। ਮੈਂ ਤਾਂ ਬਹੁਤ ਸਾਰੇ ਸਿੰਗਰਸ ਨੂੰ ਦੇਖਿਆ ਕਿ ਉਹ ਲੋਕ ਗੀਤਾਂ ਨੂੰ ਚੱਕ ਕੇ ਆਪਣੇ ਨਹੁੰ 'ਤੇ ਗਾਈ ਜਾਂਦੇ ਨੇ, ਅਤੇ ਮੈਂ ਇੱਕ ਸਿੰਗਰ ਨੂੰ ਪੁੱਛਿਆ, ਮੈਂ ਕਿਹਾ ਤੂੰ ਕੀ ਲਿਖਦਾ, ਕਹਿੰਦਾ ਮੈਂ ਲੋਕ ਗੀਤ ਲਿਖਦਾ। ਮੈਂ ਕਿਹਾ ਜੇ ਤੂੰ ਲੋਕ ਗੀਤ ਲਿਖਦਾ ਹੈ ਅਤੇ ਗਾਉਣਾ ਹੈ ਤਾਂ ਫਿਰ ਲੋਕ ਕੀ ਲਿਖਦੇ ਹੋਣਗੇ। ਸੋ ਇਸ ਤਰ੍ਹਾਂ ਪਲੈਜਰਿਜ਼ਮ ਤਾਂ ਹੋ ਰਿਹਾ, ਲੇਕਿਨ ਕੰਪਨੀਆਂ ਇਸ ਤਰ੍ਹਾਂ ਮੈਦਾਨ 'ਚ ਆਉਣਗੀਆਂ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਪਏਗਾ, ਨਹੀਂ ਤਾਂ ਇਹਦਾ ਆਮ ਲੋਕਾਂ 'ਤੇ ਇਹਦਾ ਵੱਡਾ ਪ੍ਰਭਾਵ ਪਏਗਾ। ਇੱਕ ਗੱਲ ਹੋਰ ਜਿਹੜੀ ਇਹ ਖਬਰ ਵੀ ਤੁਹਾਡੇ ਲਈ ਕਾਫੀ ਇਸ ਕਰਕੇ ਦਿਲਚਸਪੀ ਰੱਖਦੀ ਹੈ ਕਿ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਚੋਣਾਂ ਲਗਾਤਾਰ ਅਨਾਊਂਸ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੋਸਟਪੋਨ ਕਰਨ ਦੀ ਜਿਹੜੀ ਗੱਲ ਵੀ ਨਾਲ ਚੱਲਦੀ ਹੈ। ਪਿੱਛੇ ਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ ਦਸੰਬਰ ਦੇ ਵਿੱਚ ਚੋਣਾਂ ਹੋਣਗੀਆਂ ਅਤੇ ਹੁਣ ਫਿਰ ਇਹ ਲੱਗ ਰਿਹਾ ਕਿ ਇਹ ਚੋਣਾਂ ਟਲ ਜਾਣਗੀਆਂ ਔਰ ਚੋਣਾਂ ਇਹ ਅੱਗੇ ਜਾਣਗੀਆਂ, ਸ਼ਾਇਦ ਜਨਵਰੀ 'ਚ ਹੋ ਜਾਣ ਅਤੇ ਕਈ ਤਾਂ ਇਹ ਵੀ ਕਹਿੰਦੇ ਨੇ ਜਨਵਰੀ ਤੋਂ ਵੀ ਅੱਗੇ ਜਾ ਸਕਦੀਆਂ ਨੇ ਇਹ ਚੋਣਾਂ। ਅਤੇ ਕਿਉਂਕਿ 6 ਮਹੀਨੇ 'ਚ ਜਦੋਂ ਇਹ ਕਾਨੂੰਨ ਦੇ ਮੁਤਾਬਕ ਕਰਾਉਣੀਆਂ ਹੁੰਦੀਆਂ ਨੇ ਅਤੇ ਜੇ ਨਾ ਹੋਇਆ ਤਾਂ ਹੋਰ ਵੀ ਆਦੇਸ਼ ਜਿਹੜਾ ਹੈ ਸਰਕਾਰ ਵੱਲੋਂ ਜਾਰੀ ਕੀਤਾ ਜਾ ਸਕਦਾ। ਲੇਕਿਨ ਫਿਲਹਾਲ ਦਸੰਬਰ ਦੇ ਅੱਧ ਵਾਲੀ ਜਿਹੜੀ ਚੋਣਾਂ ਦੀ ਡੈਕਲਰੇਸ਼ਨ ਸੀ ਪੰਜਾਬ ਸਰਕਾਰ ਦੀ, ਉਹ ਸ਼ਾਇਦ ਪੂਰੀ ਨਾ ਹੋਵੇ, ਸ਼ਾਇਦ ਇੱਥੇ ਅਗਲੀ ਡੇਟ ਜਦੋਂ ਆਉਣੀ ਹੈ ਤਾਂ ਹੁਣ ਤਾਂ ਇਹ ਲੱਗਣ ਲੱਗ ਗਿਆ ਕਿ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ ਉਨਾ ਚਿਰ ਸਾਨੂੰ ਇਹਦਾ ਕੋਈ ਪਤਾ ਨਹੀਂ ਲੱਗਣਾ ਕਿਉਂਕਿ ਇੰਨੇ ਵਾਰ ਜਿਹੜਾ ਹੈ ਡਿਕਲੇਅਰ ਕਰਕੇ ਅੱਗੇ ਪਾਈਆਂ ਜਾ ਚੁੱਕੀਆਂ ਨੇ। ਪਿਆਰੇ ਦਰਸ਼ਕੋ, ਖਬਰਾਂ ਤਾਂ ਕਾਫੀ ਹੁੰਦੀਆਂ ਨੇ, ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਉਹਨਾਂ ਖਬਰਾਂ 'ਤੇ ਟਿੱਪਣੀ ਕੀਤੀ ਜਾਵੇ ਜਿਹੜੀ ਪੰਜਾਬ ਨਾਲ ਅਤੇ ਤੁਹਾਡੇ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਨੇ। ਤੋ ਅੱਜ ਇੰਨਾ ਹੀ, ਬਾਕੀ ਫਿਰ ਕੱਲ੍ਹ ਮਿਲਦੇ ਹਾਂ ਅਤੇ ਹੋਰ ਖਬਰਾਂ 'ਤੇ ਕਰਾਂਗੇ ਚਰਚਾ। ਸਤਿ ਸ਼੍ਰੀ ਅਕਾਲ।